परम सत्कारयोग सात संघ जी सारी रचना पवित्र करिए त्याखिए तान श्री प्रताप सिंह जी धान श्री सतिगुरु जगजीत सिंह जी धान श्री उदय सिंह जी सातसंग जी।, जी आज की साखी का सिरलेख है दर्शन प्यासी दिन असरा साखी संबंधित है डॉक्टर ध्यान सिंह जी ਡਾਕਟਰ ਧਿਆਨ ਸਿੰਘ ਜੀ ਨੇ ਇੱਕ ਘਟਨਾ ਜिला ਲਾਇਲਪੁਰ ਪਾਕਿਸਤਾਨ ਦੀ ਸੁਣਾਈ ਕਿ ਸਤਗੁਰ ਜੀ ਦੇ ਆਸ਼ਕਾਂ ਦੀ ਰਮਜ ਹੀ ਨਿਆਰੀ ਹੁੰਦੀ ਹੈ ਇੱਕ ਮਾਈ ਸੀ ਉਸਨੇ ਸਤਗੁਰ ਜੀ ਦੇ ਦਰਸ਼ਨ ਕਰਨ ਹਿੱਤ ਵਰਤ ਰੱਖਿਆ ਹੋਇਆ ਸੀ ਉਹਨੇ ਵਰਤੀਸਕਾਰ ਕੇ ਰੱਖ ਲਿਆ ਕਿ ਜਦੋਂ ਦਰਸ਼ਨ ਦੇਣਗੇ ਤਾਂ ਹੀ ਅਨਜਲ ਗ੍ਰਹਿਣ ਕਰੇਗੀ ਨਹੀਂ ਤੇ ਭੁੱਖੀ ਹੀ ਰਹੇਗੀ ਸਤਗੁਰ ਜੀ ਨੂੰ ਸਰਬ ਜੀਆਂ ਦੀ ਪਲ ਪਲ ਦੀ ਖਬਰ ਹੁੰਦੀ ਹੈ ਸਤਗੁਰਜੀ ਅਚਾਨਕ ਹੀ ਆ ਗਏ ਤੇ ਡਾਕਟਰ ਜੀ ਨੂੰ ਕਹਿਣ ਲੱਗੇ ਸਾਡੇ ਨਾਲ ਚਲੋ ਤੁਹਾਡੇ ਪਿੰਡ ਜਾਣਾ ਹੈ ਡਾਕਟਰ ਜੀ ਕਹਿਣ ਲੱਗੇ ਮੇਰੇ ਕਈ ਕੰਮ ਜ਼ਰੂਰੀ ਹਨ ਮੈਂ ਅੱਜ ਕੱਲ ਹੀ ਪਿੰਡੋਂ ਆਇਆ ਹਾਂ ਪਰ ਸਤਗੁਰ ਜੀ ਦੇ ਹੁਕਮ ਅਗੇ ਕੋਣ ਨਟਕ ਸਕਦਾ ਹੈ ਡਾਕਟਰ ਜੀ ਦਾ ਪਿੰਡ ਗਲੋਟਿਆ ਹੈ ਜਿੱਥੋਂ ਦੇ ਬਾਬਾ ਧਿਆਨ ਸਿੰਘ ਪਥਰਾਵਾਲੇ ਸਨ ਜਿਨ੍ਹਾਂ ਦੀਆਂ ਦੋ ਸਯੋਗ ਸੁਪਤਰੀਆਂ ਗੁਰੂ ਹਰੀ ਸਿੰਘ ਜੀ ਦੀਆਂ ਨੂਹਾ ਬਣਿਆ ਸਨ ਬਾਬਾ ਧਿਆਨ ਸਿੰਘ ਪਥਰਾਵਾਲੀ ਦੀ ਵੱਡੀ ਬੀਬੀ ਜੀ ਮਾਤਾ ਸਤਵੰਤ ਕੌਰ ਜੀ ਮਹਾਰਾਜ ਨਿਹਾਲ ਸਿੰਘ ਜੀ ਨਾਲ ਤੇ ਛੋਟੀ ਬੀਬੀ ਕਰਤਾਰ ਕੌਰ ਜੀ ਮਹਾਰਾਜ ਗੁਰਦਿਆਲ ਸਿੰਘ ਜੀ ਨਾਲ ਵਿਆਹੇ ਸਨ ਸੁਸਾਗੁਰ ਜੀ ਡਾਕਟਰ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਪਿੰਡ ਮਾਈ ਨੂੰ ਦਰਸ਼ਨ ਦੇ ਕੇ ਫਿਰ ਲਾਇਲਪੁਰ ਵਾਪਸ ਆ ਗਏ ਉਸ ਮਾਈ ਨੂੰ ਜਿਸ ਨੇ ਦਰਸ਼ਨ ਕਰਨ ਹਿਤ ਵਰਾਤ ਰੱਖਿਆ ਹੋਇਆ ਸੀ ਉਸ ਨੂੰ ਧਰਮਸ਼ਾਲਾ ਮੰਗਵਾ ਕੇ दर्शन दी त प्रशादा छकन किया तो नाले हुक्म सानू इस तरह तंग ना कर भजन बाणी तगड़ी होके कर ही लिखा है देवते आदर्शन कहताई दुख भूख तीरथ किए जोगी जति जुगत में रहते कर कर पगवे वेस पाए धन जो सुख दर्शन ਵੇਖਤੇ ਡਾਕਟਰ ਧਿਆਨ ਸਿੰਘ ਜੀ ਆਪਣੇ ਨਾਲ ਬੀਤੀਆਂ ਘਟਨਾਵਾਂ ਵਿੱਚੋਂ ਇੱਕ ਘਟਨਾ ਇਸ ਤਰ੍ਹਾਂ ਦੱਸਦੇ ਹਨ ਕਿ ਉਹਨਾਂ ਦੇ ਦਾਦਾ ਜੀ ਤੋਂ ਲੈ ਕੇ ਉਹਨਾਂ ਦਾ ਪਰਿਵਾਰ ਨਾਮ ਧਾਰੀ ਹੈ ਡਾਕਟਰ ਜੀ ਦੱਸਦੇ ਹਨ ਕਿ ਉਹ ਪੰਜ ਭਰਾ ਸਨ ਉਹਨਾਂ ਦੀ ਉਮਰ ਉਦੋਂ 12 ਕੋਸਾਲ ਦੇ ਸੀ ਸਾਬਕ ਪਟਾਰ ਸਿੰਘ ਜੀ ਨੇ ਉਹਨਾਂ ਦੇ ਪਿੰਡ ਗਲੋਟੀਆਂ ਦਰਸ਼ਨ ਦਿੱਤੇ ਤਾਂ ਉਹਨਾਂ ਦੀ ਮਾਤਾ ਨੇ ਅਰਜ਼ ਕੀਤੀ ਮੰਗਲ ਸਿੰਘ ਦੀ ਸ਼ਾਦੀ ਕਰ ਦਿਓ ਤਾਂ ਸੱਚੇ ਬਾਦਸ਼ਾਹ ਜੀ ਨੇ ਪੁੱਛਿਆ ਮਾਈ ਤੇਰੇ ਕਿੰਨੇ ਲੜਕੇ ਹਨ ਜੀ ਪੰਜ ਹਨ ਮਾਈ ਨੇ ਦੱਸਿਆ ਸੱਚੇ ਬਾਦਸ਼ਾਹ ਜੀ ਹੁਕਮ ਕੀਤਾ ਇੱਕ ਸਾਨੂੰ ਦੇ ਦਿਓ ਸਤਬਚਨ ਜੀ ਮਾਈ ਨੇ ਕਿਹਾ ਸੋ ਸੱਚੇ ਬਾਦਸ਼ਾਹ ਜੀ ਮੰਗਲ ਸਿੰਘ ਨੂੰ ਨਾਲ ਲੈ ਕੇ ਸ਼੍ਰੀ ਰਿਪੈਣੀ ਸਹਬਾਗੇ ਤੇ ਲੰਗਰ ਦੀ ਸੇਵਾ ਵਿੱਚ ਲਾ ਦਿੱਤਾ ਸਤਗੁਰੂ ਜੀ ਮੰਗਲ ਸਿੰਘ ਤੋਂ ਇੰਨੇ ਖੁਸ਼ ਸਨ ਕਿ ਬਚਨ ਕਰਨਾ ਸੰਤ ਮੰਗਲ ਸਿੰਘ ਦੇ ਹੁੰਦਿਆ ਕੋਈ ਭੁੱਖਾ ਨਹੀਂ ਜਾ ਸਕਦਾ ਸੰਤ ਮੰਗਲ ਸਿੰਘ ਨੇ ਇਕ ਰਾਸ ਸਭ ਨੂੰ ਲੰਗਰ ਵਰਤਾਈ ਜਾਣਾ ਆਪਣਾ ਤੇ ਛਕਣ ਦਾ ਚੇਤਾ ਹੀ ਭੁਲਾ ਦੇਣਾ ਸਾ ਗੁਰਜੀ ਸੰਜੀ ਨੂੰ ਅਫਰੀਕਾ ਤੇ ਬੈਂਕਾਕ ਦੇ ਦੌਰਿਆਂ ਸਮੇਂ ਨਾਲ ਹੀ ਰੱਖਦੇ ਸਨ ਡਾਕਟਰ ਜੀ ਡਸ ਕਾ ਨਾਮੀ ਸ਼ਹਿਰ ਵਿੱਚ ਆਪਣੀ ਪ੍ਰੈਕਟਿਸ ਕਰਦੇ ਸਨ ਸ਼ਹਿਰ ਵਿੱਚ ਨਾਮ ਧਾਰੀ ਧਰਮਸ਼ਾਲਾ ਬਣਾ ਕੇ ਰੋਜ਼ ਅਸਰ ਦੀ ਵਾਰ ਵੀ ਲਾਉਂਦੇ ਸਨ ਉਹਨਾਂ ਦਿਨਾਂ ਵਿੱਚ ਇੱਕ ਟੈਲ ਸਿੰਘ ਨਾਮ ਦਾ ਨਾਮਧਾਰੀਆ ਜੋ ਕਿ ਬਾਈਕਾਟ ਸੀ ਬਹੁਤ ਜ਼ਿਆਦਾ ਖਿਲਾਫ ਬੋਲਦਾ ਸੀ ਕਹਿੰਦਾ ਸੀ ਕਿ ਮੈਂ ਨਾਮਧਾਰੀਆਂ ਦਾ ਦੀਵਾਨ ਇਸ ਇਲਾਕੇ ਵਿੱਚ ਨਹੀਂ ਲਾਣ ਦੇਣਾ ਡਾਕਟਰ ਸਾਹਿਬ ਨੇ ਉਹਦੇ ਮੁਕਾਬਲੇ ਵਿੱਚ ਹੋਲਾ ਕਰਨ ਦਾ ਪ੍ਰੋਗਰਾਮ ਬਣਾ ਲਿਆ ਸਾਗੁਰ ਜੀ ਪਾਸ ਅਰ ਜੋਈ ਤੇ ਸਾਗੁਰ ਜੀ ਨੇ ਤਲਵਾੜੇ ਹੋਲਾ ਕਰਨਾ ਮਨਜ਼ੂਰ ਕਰ ਲਿਆ ਹੋਲਾ ਤਲਵਾੜੇ ਬੜੀ ਸਾਜਤਾ ਜ ਨਾਲ ਮਨਾਇਆ ਗਿਆ ਡਾਕਟਰ ਜੀ ਨੂੰ ਇਸ ਦਾ ਇੰਚਾਰਜ ਬਣਾਇਆ ਗਿਆ ਟੈਲ ਸਿੰਘ ਵਰਗੇ ਝੱਖ ਮਾਰਦੇ ਰਹ ਗਏ ਤੇ ਬੜੇ ਸ਼ਰਮਿੰਦੇ ਹੋਏ ਡਾਕਟਰ ਜੀ ਨੇ ਜਿਹੜੀ ਰਸਦ ਹੋਲੇ ਵਿੱਚੋਂ ਬੱਚੀ ਸੀ ਉਹ ਸ਼ੀਰੀਪੈਣੀ ਸੇ ਭੇਜ ਦਿੱਤੀ ਡਾਕਟਰ ਜੀ ਬਾਅਦ ਵਿੱਚ ਸਾਹਮਣੇ ਆ ਕੇ ਰਹੇ ਸਮਾਨੇ ਆ ਕੇ ਰਹੇ ਡਾਕਟਰ ਜੀ ਬਾਅਦ ਵਿੱਚ ਸਮਾਨੇ ਆ ਕੇ ਰਹੇ ਉੱਥੋਂ ਉਹ ਇੱਕ ਅਖਬਾਰ ਸੱਚਾ ਮਾਰਗ ਵੀ ਛਾਪਦੇ ਰਹੇ ਹਨ ਸਾਗੁਰ ਜੀ ਜਦੋਂ ਸਮਾਨੇ ਚਰਨ ਪਾਏ ਤਾਂ ਡਾਕਟਰ ਜੀ ਦਾ ਇੱਕ ਮਿੱਤਰ ਆਰਿਅਸ ਮਾਜੀ ਦਰਜੀਤ ਸਿੰਘ ਕਹਿੰਦਾ ਕਿ ਮੈਂ ਦੀਵਾਨ ਵਿੱਚ ਤਾਂ ਚੱਲਾਂਗਾ ਪਰ ਦੀਵਾਨ ਵਿੱਚ ਤਾਂ ਚੱਲਾਂਗਾ ਪਰ ਮੱਥਾ ਨਹੀਂ ਮਟੇਕਣਾ ਪਰ ਜਦੋਂ 사ਗੁਰ ਜੀ ਦੇ ਸਾਹਮਣੇ ਗਿਆ ਤਾਂ ਬੜੀ ਹਿਸ਼ਰ ਦਾ ਨਾਲ ਮੱਥਾ ਟੇਕਿਆ ਇਸ ਤੇ ਡਾਕਟਰ ਜੀ ਨੇ ਬਚਨ ਕੀਤਾ ਕਿ ਤੂੰ ਤਾਂ ਮੱਥਾ ਨਾ ਟੇਕਣਾ ਮਨ ਬਣਾਇਆ ਸੀ ਤਾਂ ਉਹ ਕਹਿਣ ਲੱਗਾ ਤੁਹਾਡੇ 사ਗੁਰ ਜੀ ਵਿੱਚ ਬਹੁਤ ਜ਼ਿਆਦਾ ਦੇਵੀ ਸ਼ਕਤੀ ਹੈ ਮੈਨੂੰ ਸੁਧ ਬੁੱਧੀ ਨਹੀਂ ਰਹੀ ਸੀ ਗੁਰਬਾਣੀ ਵਿੱਚ ਲਿਖਿਆ ਹੈ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰ ਪੇਟ ਹਾਉ ਮੈਂ ਮਾਰੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਇਸਾ ਕੀ ਸੰਬੰਧਿਤ ਹੈ ਸਰਦਾਰ ਸ਼ਿੰਗਾਰਾ ਸਿੰਘ ਜੀ ਲਖਨਊ ਸਰਦਾਰ ਸ਼ਿੰਗਾਰਾ ਸਿੰਘ ਜੀ ਲਖਨਊ ਵਿੱਚ ਰਹਿੰਦੇ ਸਨ ਸੰਤ ਅੰਦਰ ਸਿੰਘ ਜੀ ਪਾਸੋਂ ਭਜਨ ਲੈ ਕੇ ਨਾਮ ਧਾਰੀ ਬਣੇ ਸੰਤ ਪੂਰੀ ਵਾਲੇ ਹਜੂਰਾ ਸਿੰਘ ਨੇ ਤੇ ਸਰੀਰ ਵੀ ਸਰਦਾਰ ਸ਼ਿੰਗਾਰਾ ਸਿੰਘ ਜੀ ਦੇ ਘਰ ਹੀ ਧਿਆਗਿਆ ਸੀ ਸਾਬੂ ਪ੍ਰਤਾਪ ਸਿੰਘ ਜੀ ਦੇ ਅਨੰਦ ਸੇਵਕ ਸਨ ਲਖਨਊ ਵਿੱਚ ਚੰਗੇ ਸਰਦੇ ਪੁੱਜਦੇ ਸਨ ਮਿਊਸਪਲ ਕਮੇਟੀ ਵਿੱਚ ਵੀ ਵੱਡੇ ਅਹੁਦੇ ਤੇ ਰਹੇ ਰਹੇ ਹਨ ਇੱਕ ਵਾਰ ਦੀ ਘਟਨਾ ਇਸ ਤਰ੍ਹਾਂ ਹੈ ਕਿ ਸਾਬੂ ਪ੍ਰਤਾਪ ਸਿੰਘ ਜੀ ਸਰਦਾਰ ਸੁੱਚਾ ਸਿੰਘ ਦੀ ਕੋਠੀ ਦਿੱਲੀ ਵਿੱਚ ਠਹਿਰੇ ਹੋਏ ਸਨ ਸੰਤ ਰਤਨ ਸਿੰਘ ਲਾਂਗਰੀ ਨੂੰ ਹੁਕਮ ਕੀਤਾ ਕਿ ਰਤਨ ਸਾਨੂੰ ਬੜੀ ਭੁੱਖ ਲੱਗੀ ਹੋਈ ਹੈ ਸੰਤ ਜੀ ਨੇ ਕਿਹਾ ਭਾਜਾ ਤਿਆਰ ਹੈ ਮੈਂ 5 ਮਿੰਟ ਵਿੱਚ ਹੀ ਪ੍ਰਸ਼ਾਦਾ ਲਿਆਉਂਦਾ ਹਾਂ ਜੀ ਸੰਤ ਜੀ ਬੜੀ ਫੁਰਤੀ ਲੈ ਕੇ ਚਾਟ ਪ੍ਰਸ਼ਾਦਾ ਲੈ ਕੇ ਹਾਜ਼ਰ ਹੋ ਗਏ ਅਜੇ ਇੱਕ ਗ੍ਰਾਹੀ ਮੂਵੀ ਚ ਪਾਈ ਸੀ ਕਿ ਛੱਟ ਥਾਲੀ ਪਰੇ ਘਰ ਦਿੱਤੀ ਸੰਤਾ ਨੇ ਪੁੱਛਿਆ ਕੀ ਗੱਲ ਹੈ ਕਹਿਣ ਲੱਗੇ ਮੈਨੂੰ ਸੱਦਾ ਆ ਗਿਆ ਹੈ ਸੁਚਾ ਸਿੰਘ ਨੂੰ ਆ ਕੇ ਦੋ ਟਿਕਟ ਲਖਨਊ ਦੇ ਹਵਾਈ ਜਹਾਜ਼ ਦੇ ਛੇਤੀ ਮੰਗਵਾ ਦਿਓ ਬਸ ਹੁਕਮ ਦੀ ਪਾਲਣਾ ਕੀਤੀ ਗਈ ਚਾਟਪਾਟ ਤਿਆਰ ਹੋ ਕੇ ਤੁਰ ਪਏ ਉਧਰ ਲਖਨਊ ਸਰਦਾਰ ਸ਼ਿੰਗਾਰਾ ਸਿੰਘ ਜੀ ਬਹਿਬਲ ਦਸ਼ਾਵੀ ਚ ਪਏ ਹੋਏ ਸਨ ਉਹਨਾਂ ਦੀ ਧਰਮ ਪਤਨੀ ਨੇ ਪੁੱਛਿਆ ਕਿਹੜੇ ਪਿਤਾ ਨੂੰ ਯਾਦ ਕਰ ਰਹੇ ਹੋ ਪਿਤਾ ਜੀ ਤਾਂ ਤੁਹਾਡੇ ਸਵਰਗਵਾਸ ਹੋ ਚੁੱਕੇ ਹਨ ਤਾਂ ਸ਼ਿੰਗਾਰਾ ਸਿੰਘ ਜੀ ਕਹਿਣ ਲੱਗੇ ਕਿ ਪਿਤਾ ਪਰਮੇਸ਼ਰ ਸਾਧਗੁਰ ਜੀ ਨੂੰ ਯਾਦ ਕਰ ਰਿਹਾ ਹਾਂ ਤੇ ਸਰਦਾਰ ਸ਼ਿੰਗਾਰਾ ਸਿੰਘ ਜੀ ਕਹਿਣ ਕਿ ਮੈਂ ਸਾਧਗੁਰ ਜੀ ਦੇ ਆਨ ਤੇ ਹੀ ਪ੍ਰਸ਼ਾਦਾ ਪਾਣੀ ਚੱਕਾਂਗਾ ਤਾਇਓ ਖਬਰ ਸੰਤ ਰਤਨ ਸਿੰਘ ਜੀ ਨੇ ਆ ਤਾਇਓ ਖਬਰ ਸੰਤ ਰਤਨ ਸਿੰਘ ਜੀ ਨੇ ਆ ਦਰਵਾਜਾ ਖੜਕਾਇਆ ਤੇ ਕਿਹਾ ਕਿ ਸੱਚੀ ਬਾਸ਼ਾ ਜੀ ਆਏ ਹਨ ਸਰਦਾਰ ਸ਼ਿੰਗਾਰਾ ਸਿੰਘ ਜੀ ਤੇ ਖੁਸ਼ੀ ਵਿੱਚ ਮਸਤਾਨੇ ਹੋ ਗਏ ਸਾਈਗੁਰ ਜੀ ਨੇ ਗਲ ਵਕੜੀ ਵਿੱਚ ਲੈ ਕੇ ਬੜਾ ਪਿਆਰ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਨਾ ਕਰਿਆ ਕਰੋ ਤੁਸਾਂ ਤੇ ਅੱਜ ਸਾਨੂੰ ਪ੍ਰਸ਼ਾਦਾ ਵੀ ਨਹੀਂ ਚੱਕਣ ਦਿੱਤਾ ਸੱਚੇ ਬਾਸ਼ਾ ਜੀ ਸ਼ਾਮ ਦਿੱਲੀ ਵਾਪਸ ਆ ਗਏ ਸਰਦਾਰ ਸ਼ਿੰਗਾਰਤ ਸਿੰਘ ਨੇ ਅਰਜ ਕੀਤੀ ਕਿ ਮੈਂ ਸੰਗਤ ਨੂੰ ਕੀ ਜਵਾਬ ਦੇਵਾਂਗਾ ਤਸਾਗੋ ਜੀ ਬਚਨ ਕੀਤਾ ਕਿ ਮੈਂ ਤੇ ਸਿਰਫ ਤੇਰੇ ਲਈ ਹੀ ਆਇਆ ਹਾਂ ਸਰਦਾਰ ਸ਼ਿੰਗਾਰਤ ਸਿੰਘ ਜੀ ਦੀ ਐਸੀ ਅਵਸਥਾ ਸੀ ਕਿ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਪੌਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੀਅ ਰੰਗ ਰੰਗਾਰੇ ਇਕ ਤਿਲ ਵੀ ਨਾ ਟਿੜੀ ਜੈ ਸંત ਹਰਨਾਮ ਸਿੰਘ ਜੀ ਲਾਂਗਰੀ ਸ੍ਰੀ ਸਾਗੂ ਪਟਤਪ ਸਿੰਘ ਜੀ ਤੇ ਸਾਗੂ ਜਗਜੀਤ ਸਿੰਘ ਜੀ ਦੇ ਆਸ਼ਕ ਸਨ ਉਹ ਆਪਣੀ ਵਾਰਤਾ ਇਸ ਤਰ੍ਹਾਂ ਦੱਸਦੇ ਹਨ ਕਿ ਉਹ ਪਹਿਲਾਂ ਮਾਸ਼ ਸ਼ਰਾਬੀ ਵਰਤੋਂ ਬੜੀ ਕਰਦੇ ਸਨ ਤੇ ਪੂਰੀ ਤਰ੍ਹਾਂ ਵਿਗੜੇ ਹੋਏ ਸਨ ਉਹ ਦੱਸਦੇ ਹਨ ਕਿ ਉਹਨਾਂ ਦੇ ਚੰਗੇ ਭਾਗਾਂ ਨੂੰ ਸંત ਪੂਰਨ ਸਿੰਘ ਜੀ ਮੋਰੋ ਵਾਲੇ ਉਹਨਾਂ ਦੇ ਪਣਵਾਈਏ ਦੇ ਘਰ ਆ ਗਏ ਸੰਤ ਪੂਰਨ ਸਿੰਘ ਜੀ ਬਿਨਾ ਸਾਜਾ ਤੋਂ ਹੀ ਕੀਰਤਨ ਕਰਦੇ ਹੁੰਦੇ ਸਨ। ਬਿੰਡੇ ਵਰਗੀ ਸੰਤਾ ਦੀ ਸੁਰ ਸੀ, ਨਾਲ ਭਜਨ ਮੰਦਗੀ ਦਾ ਰਾਸ ਸੀ। ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਸੰਤਾ ਪਾਸ ਲੈ ਕੇ ਗਏ ਤੇ ਅਰਜ਼ ਕੀਤੀ ਇਹ ਮੁੰਡੇ ਵਿਗੜੇ ਹੋਏ ਹਨ। ਇਹਨਾਂ ਤੇ ਕਿਰਪਾ ਕਰੋ। ਸੰਤ ਜੀ ਦੱਸਦੇ ਹਨ ਕਿ ਕਾਲੀ ਪਾਗ ਬੰਨ੍ਹਦੇ ਸਾਂ ਤੇ ਗੁਰਬਾਣੀ ਨੂੰ ਵੀ ਨਹੀਂ ਸਿਮੰਦੇ। ਹਰਨਾਮ ਸਿੰਘ ਨੇ ਸੰਤ ਪੂਰਨ ਸਿੰਘ ਹੋਰਾਂ ਨੂੰ ਕਿਹਾ ਕਿ ਕੋਈ ਸੇਵਾ ਦੱਸੋ। ਤਾਂ ਸੰਤਾ ਨੇ ਕਿਹਾ ਕਿ ਪਹਿਲਾ ਮਾਸ਼ ਸ਼ਰਾਬ ਛੱਡੋ ਫਿਰ ਸੇਵਾ ਦੱਸਾਂਗੇ ਤਾਂ ਸੰਧਰ ਨਾਂ ਸਿੰਘ ਹੋਰਾਂ ਨੇ ਸੰਪੂਰਨ ਸਿੰਘ ਜੀ ਨੂੰ ਕਿਹਾ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਾ ਦਿਓ ਤਾਂ ਮੈਂ ਨਾਮ ਧਾਰੀ ਬਣ ਜਾਵਾਂਗਾ ਸੰਝੀ ਕਹਿਣ ਲੱਗੇ ਉਹ ਵੀ ਕਰਾ ਦੇਾਂਗਾ ਐਂਜ ਥੋੜੀ ਥੋੜੀ ਸ਼ਰਤਾਂ ਬਣਦੀ ਗਈ ਸੰਤਾ ਨੇ ਕਾਲਾ ਪਟਕਾ ਲਾ ਕੇ ਸਫੇਦ ਵਰਨਾ ਹਰਨਾਮ ਸਿੰਘ ਦੇ ਸਿਰ ਤੇ ਰਾਜ ਦਿੱਤਾ ਤੇ ਸੰਪੂਰਨ ਸਿੰਘ ਜੀ ਕਹਿਣ ਲੱਗੇ ਲੈ ਹੁਣ ਤੂੰ ਹਰਨਾਮ ਤੋਂ ਸੰਧਰਨਾਮ ਸਿੰਘ ਬਣ ਗਿਆ ਹੈ ਟਿੱਪੀ ਸਾਗੂ ਪਟਾਪ ਸਿੰਘ ਜੀ ਦੇ ਜਦੋਂ ਦਰਸ਼ਨ ਕੀਤੇ ਤਾਂ ਸਾਖਿਆਤ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਬਸ ਫਿਰ ਤੇ ਸਾਧਗੁਰ ਜੀ ਦੀ ਮੋਣੀ ਮੂਰਤ ਇਸ ਤਰ੍ਹਾਂ ਮਾਨਵੀ ਚ ਵਸੀ ਕਿ ਮਾਨ ਨੇ ਫੈਸਲਾ ਕਰ ਲਿਆ ਕਿ ਜਿੱਥੇ ਆਉਣਾ ਸੀ ਉੱਥੇ ਆ ਗਏ ਹਾਂ ਸਾਗੁਰ ਜੀ ਨੇ ਹੁਕਮ ਲਾਇਆ ਕਿ ਲੰਗਰ ਦੀ ਸੇਵਾ ਕਰਿਆ ਕਰੋ ਬਸ ਹੁਕਮ ਦੀ ਢੇਰ ਸੀ ਕਿ ਸੰਤਾ ਦਿੱਤਾ ਜਨਮ ਜਨਮਾਂਤਰਾ ਦੀ ਮਹਿਲ ਧੁੱਪ ਗਈ ਜਦੋਂ ਸਾਗੂ ਪ੍ਰਤਾਪ ਸਿੰਘ ਜੀ ਦੇ ਨਾਲ ਉਹਲਾ ਕਰ ਗਏ ਤਾਂ ਸੰਤਾ ਨਾਨਕ ਸਿੰਘ ਆਪਣੇ ਪਿੰਡ ਵਾਪਸ ਚਲੇ ਗਏ ਕਾਫੀ ਚਿਰ ਤੋਂ ਬਾਅਦ ਜਦੋਂ ਫਿਰ ਸ਼੍ਰੀ ਪੈਣੀ ਸਹਿਬ ਆਏ ਤਾਂ ਸਾਗੂ ਜਗਜੀਤ ਸਿੰਘ ਜੀ ਦੇ ਆ ਦਰਸ਼ਨ ਕੀਤੇ ਨਮਸਕਾਰ ਕਰਕੇ ਉੱਠੇ ਤਾਂ ਪੈਰ ਤਾਂ ਸਾਗੂ ਜਗਜੀਤ ਸਿੰਘ ਜੀ ਨੇ ਸ਼੍ਰੀ ਸਾਗੂ ਪ੍ਰਤਾਪ ਸਿੰਘ ਜੀ ਵਾਲਾ ਹੀ ਹੁਕਮ ਕੀਤਾ ਸੰਤ ਜੀ ਤੁਹਾਨੂੰ ਲੰਗਰ ਉਡੀਕ ਰਿਹਾ ਹੈ ਤਾਂ ਸੰਤਾ ਨੇ ਚੜਨਾ ਤੇ ਮੱਥਾ ਟੇਕਦੇ ਆਪਣੀ ਭੂਲ ਬਖਸ਼ਾਈ ਤੇ ਆਖਿਆ ਗਰੀਬ ਨਿਵਾਜ ਹੁਣ ਕਦੇ ਲੰਗਰ ਦੀ ਡਿਊਟੀ ਛੱਡ ਕੇ ਨਹੀਂ ਜਾਵਾਂਗਾ ਸੁਸੰਤਰਨਾਨ ਸਿੰਘ ਜੀ ਦੋਹਾਂ ਹੀ ਸਤਗੁਰਾਂ ਦੇ ਗੁਣ ਗਾਉਂਦੇ ਹਨ ਮੌਜਾ ਮਾਨਦੇ ਤੇ ਕਹਿੰਦੇ ਹਨ ਸਾਧ ਕੇ ਸੰਗ ਲਗੈ ਪ੍ਰਭ ਮੀਠਾ ਸਾਧ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ધનસ્રી સતગરુ જગજીત ની